ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਸਤਕ ਵਿੱਚ ਕੁਛ ਮੈਂ ਸਤਰਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਉਹ ਮੈਂ ਪੇਸ਼ ਕਰਾਂਗਾ ਜੀ। ਕੀ ਮੈਂ ਉਸਤਤ ਕਰਾਂ ਦਸਮ ਪਿਤਾ ਦੀ, ਉਸਤਤ ਮੈਥੋਂ ਨਹੀਂ ਹੋਣੀ। ਜੇ ਮੈਂ ਕੁੱਲ ਦੁਨੀਆਂ ਦੇ ਰੁੱਖਾਂ ਦੀ ਬਣਾ ਦਿਆਂ ਕਲਮ, ਫਿਰ ਵੀ ਉਸਤਤ ਮੈਥੋਂ ਨਹੀਂ ਹੋਣੀ। ਜੇ ਮੈਂ ਕੁੱਲ ਦੁਨੀਆਂ ਦੀ ਧਰਤੀ ਦੇ ਬਣਾ ਦਿਆਂ ਕਾਗਜ਼, ਫਿਰ ਵੀ ਉਸਤਤ ਮੈਥੋਂ ਨਹੀਂ ਹੋਣੀ। ਨਹੀਂ ਹੋਣੀ ਉਸਤਤ ਮੈਥੋਂ ਜੇ ਮੈਂ ਕੁੱਲ ਦੁਨੀਆਂ ਦੇ ਸਾਗਰਾਂ ਦੀ ਬਣਾ ਦਿਆਂ ਸਿਆਹੀ। ਐਸਾ ਮੇਰਾ ਦਸਮੇਸ਼ ਪਿਤਾ ਸੰਤ ਸਿਪਾਹੀ, ਐਸਾ ਮੇਰਾ ਦਸਮੇਸ਼ ਪਿਤਾ ਸੰਤ ਸਿਪਾਹੀ। ਸੋ ਮੇਰੀ ਨਜ਼ਮ ਆਪ ਜੀ ਦੇ ਲਿਖੇ ਜੀ ਖਿਦਮਤ ਹੈ। ਦਸਮੇਸ਼ ਪਿਤਾ ਦਾ ਨਾਂ ਕੋਈ ਸਾਨੀ, ਦਸਮੇਸ਼ ਪਿਤਾ ਦਾ ਨਾਂ ਕੋਈ ਸਾਨੀ, ਉਹਨਾਂ ਨੂੰ ਕਵੀ ਕਹਾ ਜਾਂ ਸੰਗੀਤ ਸਿਪਾਹੀ ਕਹਾ, ਜਾਂ ਕਹਾ ਸਰਬੰਦੀ ਸਦਾਈ। ਜੇ ਕਵੀ ਕਹਾ ਤਾਂ ਪੌਂਡਾ ਸਾਹਿਬ, ਆ ਕੇ ਤੁਸੀਂ ਵੇਖੋ ਇੱਕ ਕਵੀ ਦਰਬਾਰ ਚ ਹਾਜ਼ਰੀ ਲਗਾ ਕੇ ਤੁਸੀਂ ਵੇਖੋ, ਲਗਾ ਕੇ ਤੁਸੀਂ ਵੇਖੋ। ਅੱਜ ਵਾਂਗੂ ਲਗਾਇਓ ਹਾਜ਼ਰੀ। ਉਹ ਰੁੱਖ ਕਲਮ ਬਣਾ ਲੈ ਸਿਆਹੀ, ਬਣਾ ਲਿਆ ਪਾਣੀ ਉਹਨਾਂ ਨੂੰ ਕਵੀ ਕਹਾ ਜਾਂ ਸੰਤ ਸਿਪਾਹੀ ਕਹਾ, ਜਾਂ ਕਹਾ ਸਰਬੰਸ ਦਾਨੀ। ਸੰਤ ਸਿਪਾਹੀ ਬਣ ਮੁਗਲਾਂ ਤੋਂ, ਸਾਡੀ ਕੌਮ ਨੂੰ ਬਚਾਇਆ ਛਕਾ ਅੰਮ੍ਰਿਤ ਸਭ ਸਿੰਘਾਂ ਨੂੰ, ਖਾਲਸਾ ਪੰਥ ਸੀ ਸਜਾਇਆ, ਖਾਲਸਾ ਪੰਥ ਸੀ ਸਜਾਇਆ। ਉਹ ਸਵਾ ਲੱਖ ਨਾਲ ਕਲਿਆਂ ਲੜੀ ਕੇ ਦਿੱਤੀ ਸੀ ਕੁਰਬਾਨੀ, ਉਹਨਾਂ ਨੂੰ ਕਵੀ ਕਹਾ ਜਾਂ ਸੰਤ ਸਿਪਾਹੀ ਕਹਾ, ਜਾਂ ਕਹਾ ਸਰਬੰਸ ਦਾਨੀ। ਪਰਿਵਾਰ ਮਾਰਿਆ ਕੌਮ ਲਈ ਇੱਕ ਮਿਸਾਲ ਦਿੱਤੀ ਜਗ ਨੂੰ, ਸਰਬੰਸ ਦਾਨੀ ਤਾਇਓ ਕਹਿੰਦੇ ਦਸਮੇਸ਼ ਪਿਤਾ ਦਰਬ ਨੂੰ, ਦਸਮੇਸ਼ ਪਿਤਾ ਜੈ ਰਬ ਨੂੰ। ਉੱਚੀ ਸੁੱਚੀ ਸ਼ਖਸੀਅਤ ਤੇ ਅਨੋਖੀ ਸੀ ਜ਼ਿੰਦਗਾਨੀ, ਉਹਨਾਂ ਨੂੰ ਕਵੀ ਕਹਾ ਜਾਂ ਸੰਤ ਸਿਪਾਹੀ ਕਹਾ, ਜਾਂ ਕਹਾ ਸਰਬੰਸ ਦਾਨੀ। ਆਖਰੀ ਸ਼ਹਿਰ ਹੈ ਜੀ, ਆਖਰੀ ਬਣ। ਇਹ ਵੀ ਦੇਣ ਹੈ ਕਸਮ ਪਿਤਾ ਦੀ, ਇਹ ਜੋ ਕਵੀ ਦਰਬਾਰ ਨੇ ਲੱਗਦੇ ਪੰਥਕ ਕਵੀਆਂ ਦੇ ਚਰਚੇ ਹੋਵਣ ਲੱਗ ਪਏ ਨੇ ਪੂਰੇ ਜਗ ਤੇ, ਲੱਗ ਪਏ ਨੇ ਪੂਰੇ ਜਗ ਤੇ। ਕਵਿਤਾਵਾਂ ਸੁਣੀਆਂ ਮੈਂ ਜਾਚਕ ਜੀ ਦੀ ਜ਼ੁਬਾਨੀ, ਉਹਨਾਂ ਨੂੰ ਕਵੀ ਕਹਾ ਜਾਂ ਸੰਤ ਸਿਪਾਹੀ ਕਹਾ, ਜਾਂ ਕਹਾ ਸਰਬੰਸ ਦਾਨੀ। ਉਹਨਾਂ ਨੂੰ ਕਵੀ ਕਹਾ
ਜਾਂ ਸੰਤ ਸਿਪਾਹੀ ਕਹਾਂ ਜਾਂ ਕਹਾਂ ਸਰਬੰਸ ਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਕਰ ਰਹੇ ਹਾਂ ਦਿਲ